अस्सलाम वालेकुम दोस्तों, वेलकम टू रानी एंड मिलर ट्रैक्टर फंड्स। दोस्तों है 6 एकड़ रकबा उन्होंने जरिए पाई से उसको आगे ना है अल्लाह टाइम करी में रोल लगे जमीन के नाल तो आप हम दसते हैं सुहागा किमें एडजस्ट करीदा। सुबह सुबह का टाइम है 6 एकड़ रकबा सी तो इतने असं पाई सी रे। वाला साहब कह रहे थे कि इन्हें किराया मार दो, लेकिन उस्ताद जी कह रहे थे कि किराए नाले सही तरह खिलर नहीं तो फिर हलां थले सुहागा दे के असं हम मारते पे हैं। फायदा यह होगा उस्ताद जी की गल ठीक सी कि जो गच्चल आते अगे वो फिर किराए के अगे लग जाते सुहागे ने उन्होंने ਬਰੀਕ ਕਰਕੇ ਥੱਲੇ ਜਮਾ ਦੇਣੇ ਆ। ਇਨਸ਼ਾਅੱਲਾ ਵਾਹਨ ਥੋੜ੍ਹਾ ਜਿਹਾ ਨਾ ਵੱਤਰ 'ਚ ਆ ਹਲੇ, ਇਨਸ਼ਾਅੱਲਾ ਜਦੋਂ ਖੁਸ਼ਕ ਹੋ ਗਿਆ ਨਾ ਥੋੜ੍ਹਾ ਜਿਹਾ ਖੁਸ਼ਕ ਵੱਤਰ 'ਚ ਹੋ ਗਿਆ ਅਤੇ ਫਿਰ ਅਸੀਂ ਚੇਜ਼ਲ ਲਾਏ ਵਾਉਣਾ ਵਾ ਅਤੇ ਤੁਹਾਨੂੰ ਟਰੈਕਟਰ ਦੀ ਪਰਫੋਰਮੈਂਸ ਦਿਖਾਵਾਂਗੇ ਇਹਦੇ 'ਤੇ। ਦੇਖੋ ਉਦੋਂ ਅਸੀਂ ਇੱਕ ਇੱਕ ਫੇਰਾ ਲਾਇਆ ਸੀ ਚੇਜ਼ਲ ਦਾ, ਜਿਹਦੀ ਵਜ੍ਹਾ ਨਾਲ ਨਾ ਵਾਹਨ ਬਹੁਤ ਗਿੱਲਾ ਸੀ। ਟਰੈਕਟਰ ਆ ਰਿਹਾ ਜੀ, ਇਨਸ਼ਾਅੱਲਾ ਦੋਸਤੋ ਇਹ ਸੁਹਾਗਾ ਮਾਰ ਕੇ ਅਸੀਂ ਥੋੜ੍ਹੇ ਦਿਨਾਂ ਦੇ ਵਿੱਚ 1-2 ਦਿਨ ਵਾਹਨ ਨੂੰ ਥੋੜ੍ਹਾ ਖੁਸ਼ਕ ਹੋ ਲੈਣ ਦਿਓ ਅਤੇ ਚੇਜ਼ਲ ਮਾਰਾਂਗੇ ਇਨਸ਼ਾਅੱਲਾ ਅਸੀਂ ਵੱਡਾ ਅਤੇ ਉਹਦੀ ਵੀ ਟਰੈਕਟਰ 'ਤੇ ਤੁਹਾਨੂੰ ਨਾ
ਦਿਖਾਵਾਂਗੇ ਕਿਸ ਤਰ੍ਹਾਂ ਜ਼ੋਰ ਲਾਉਂਦਾ। ਤੁਸੀਂ ਇਹੋ ਜਿਹੀ ਵੀਡੀਓ ਦੇਖਣ ਵਾਸਤੇ ਇਸ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ। ਬਹੁਤ ਸ਼ੁਕਰੀਆ ਜੀ।